ਕਿ ਜਿਹੜੀ ਫੈਕਟਰੀ ਦੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਕਿ BCL ਇੰਡਸਟਰੀ ਦੇ ਮਾਲਕ ਨੇ ਰਜਿੰਦਰ ਮਿੱਤਲ ਦੇ ਹੋਟਲ ਦੇ ਵਿੱਚ ਅੱਜ ਭਗਵੰਤ ਮਾਨ ਠਹਿਰੇ ਨੇ। ਉਹਨਾਂ ਦਾ ਮਿੱਤਲ ਸਿਟੀ ਮਾਲ ਹੈ ਬਠਿੰਡਾ ਦੇ ਵਿੱਚ, ਕਿ ਅਸੀਂ ਨਹੀਂ ਇਹ ਕਹਿੰਦੇ ਕਿ ਦੋਸ਼ੀ ਹੈ, ਪਰ ਇਹਨਾਂ ਦੀ ਜਾਂਚ ਕਿਉਂ ਨਹੀਂ ਹੋ ਰਹੀ? ਮੁੱਖ ਮੰਤਰੀ ਸਾਹਿਬ ਦੇ ਇਹਨਾਂ ਦੇ ਹੋਟਲ 'ਚ ਠਹਿਰਨਾ, ਬਿਆਨ ਨਾ ਆਉਣਾ, ਇਹ ਸਾਰੇ ਮਾਮਲੇ ਕਿਤੇ ਜੁੜਦੇ ਤਾਂ ਨਹੀਂ? ਅਸੀਂ ਨਹੀਂ ਕਹਿੰਦੇ ਕਿ ਫੈਕਟਰੀ ਦੋਸ਼ੀ ਹੈ, ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਰਲੇ ਹੋਏ ਆ, ਪਰ ਜਦੋਂ ਕੋਈ ਘਟਨਾਵਾਂ ਵਾਪਰਦੀਆਂ ਤਾਂ ਚਰਚਾ ਜ਼ਰੂਰੀ ਹੈ, ਕਿਉਂਕਿ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਸ਼ਰਾਬ ਮਾਫੀਆ ਬੰਦ ਕਰ ਦਿੱਤਾ, ਅੱਜ ਪੰਜਾਬ ਦੇ ਵਿੱਚ 8 ਮੌਤਾਂ ਹੋ ਗਈਆਂ, ਉਹੀ ਸਰਕਾਰ ਬੋਲ ਨਹੀਂ ਰਹੀ। ਇੰਨੀਆਂ ਖਾਲੀ ਬੋਤਲਾਂ ਕਿਵੇਂ ਆ ਗਈਆਂ ਉਹਨਾਂ ਕੋਲ? ਉਹਨਾਂ 'ਚ ਸ਼ਰਾਬ ਇਸ ਤਰੀਕੇ ਨਾਲ, ਲੇਬਲ ਇਸ ਤਰੀਕੇ ਨਾਲ, ਜਿਹੜਾ ਕੋਡ ਆ ਕੰਪਨੀ ਦਾ ਉਹ ਕਿਵੇਂ ਆ ਗਿਆ, ਢੱਕਣ ਉੱਪਰ ਲੇਬਲ ਕਿਵੇਂ ਆ ਗਿਆ, ਇਹ ਸਵਾਲ ਖੜ੍ਹੇ ਹੁੰਦੇ ਆ। ਬੇਸ਼ੱਕ ਉਹ ਬੇਗੁਨਾਹ ਹੋਣ ਕੋਈ ਗੱਲ ਨਹੀਂ, ਪਰ ਮੌਤਾਂ ਹੋਈਆਂ, 8 ਬੰਦੇ ਮਰੇ ਆ ਪੰਜਾਬ ਦੇ, ਉਹਨਾਂ 'ਚ BCL ਇੰਡਸਟਰੀ ਨੂੰ ਕੀ ਗੱਲ? ਇਸ ਤਰੀਕੇ ਨਾਲ ਛੱਡ ਦੇਣਾ ਚਾਹੀਦਾ ਕਿ BCL ਇੰਡਸਟਰੀ ਨੂੰ ਇਸ ਜਿਹੜੇ ਜਾਂਚ ਦੇ ਘੇਰੇ 'ਚ ਨਹੀਂ ਲਿਆਉਣਾ ਚਾਹੀਦਾ। 8 ਬੰਦਿਆਂ ਦੀ ਮੌਤ ਹੋ ਜਾਣੀ, ਮੁੱਖ ਮੰਤਰੀ ਸਾਹਿਬ ਦਾ ਬਿਆਨ ਨਾ ਆਉਣਾ, ਜਿਹੜੀ ਫੈਕਟਰੀ ਦੀ ਬੋਤਲ ਮਿਲੀ ਹੈ BCL ਜਿਹੜੀ ਹੈ ਕੰਪਨੀ ਆ ਉਹਦੀ, ਉਸੇ ਫੈਕਟਰੀ ਦੇ ਹੋਟਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਠਹਿਰਨਾ, ਇਹ ਸਵਾਲ ਖੜ੍ਹੇ ਕਰਦਾ ਹੈ। ਕੀ ਇਹ ਸੰਯੋਗ ਹੈ ਕਿ ਕੋਈ ਐਡੀ ਗੱਲ ਨਹੀਂ, ਮੁੱਖ ਮੰਤਰੀ ਸਾਹਿਬ ਆਏ ਉੱਥੇ ਆਏ ਅਤੇ ਉਹ ਬਹਿ ਗਏ, ਜਾਂ ਉਹਨਾਂ ਦੇ ਜਿਹੜੇ ਅਫਸਰ ਆ ਉਹਨਾਂ ਨੇ ਹੋਟਲ ਬੁੱਕ ਕਰ ਲਿਆ? ਕੀ ਮੁੱਖ ਮੰਤਰੀ ਸਾਹਿਬ ਦੇ ਸਟਾਫ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ 'ਤੇ ਕੋਈ ਉਂਗਲ ਉੱਠ ਰਹੀ ਹੈ, ਭਾਵੇਂ ਉਹ ਦੋਸ਼ੀ ਹੈ ਨਹੀਂ, ਉਹ ਜਾਂਚ ਦਾ ਵਿਸ਼ਾ, ਪਰ ਉਹ 'ਤੇ ਉਂਗਲ ਇੱਕ ਉੱਠ ਰਹੀ ਹੈ ਕਿ ਉਹ ਬੰਦੇ ਦੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ, ਉਹਦੀ ਫੈਜ਼ੀਆਂ ਬੋਤਲਾਂ ਬਰਾਮਦ ਹੋਈਆਂ, ਉਸੇ ਬੰਦੇ ਦੇ ਹੋਟਲ 'ਚ ਆ ਕੇ ਤੁਸੀਂ ਠਹਿਰ ਰਹੇ ਹੋ? ਕੀ ਸਿਰਫ ਉਹ 4-5 ਬੰਦੇ ਹੀ ਜ਼ਿੰਮੇਵਾਰ ਆ ਜਿਹੜੇ ਉਹ ਪਿੰਡ ਦੇ ਆਏ ਜਿਨ੍ਹਾਂ 'ਤੇ ਪਰਚਾ ਦਰਜ ਕੀਤਾ? ਕੀ ਇਹਦੇ ਪਿੱਛੇ ਦਾ ਕੀ ਸਰਗਣਾ, ਕੌਣ ਕਰਵਾਉਂਦਾ, ਕੌਣ ਵਿਕਵਾਉਂਦਾ, ਉੱਥੇ ਤੱਕ ਪਹੁੰਚੋਗੇ? ਜੜਬਾ ਦੇ ਪਿੰਡ ਗੁਜਰਾਂ ਵਿੱਚ ਜਿਹੜਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਜੋ ਮੌਤਾਂ ਹੋਈਆਂ, ਜਿਹੜੀ ਬੋਤਲਾਂ ਮਿਲੀਆਂ, ਜਿਹੜੀਆਂ ਬੋਤਲਾਂ ਸਾਹਮਣੇ ਆਈਆਂ, ਉਹਨਾਂ ਬੋਤਲਾਂ ਦੇ ਉੱਤੇ ਲੇਬਲ ਲੱਗਿਆ, ਉਹ BCL ਇੰਡਸਟਰੀ ਲਿਮਿਟਡ ਦਾ, ਬਠਿੰਡਾ ਕੈਮੀਕਲ ਇੰਡਸਟਰੀ ਹੈ ਜਿਹਦੇ ਮਾਲਕ ਨੇ ਰਜਿੰਦਰ ਮਿੱਤਲ, ਉਹਨਾਂ ਦੀਆਂ ਉਹ ਬੋਤਲਾਂ ਨੇ, ਉਹਨਾਂ ਦੀ ਕੰਪਨੀ ਦੇ ਬੁਲਾਰੇ ਨੇ ਇੱਕ ਅਖਬਾਰ ਨੂੰ ਇਹ ਕਿਹਾ ਕਿ ਇਹ ਬੋਤਲਾਂ ਸਾਡੀਆਂ ਖਾਲੀ ਵਰਤੀਆਂ ਗਈਆਂ ਨੇ, ਸਾਡੀ ਸ਼ਰਾਬ ਪੀ ਕੇ ਜਿਹੜੀਆਂ ਬੋਤਲਾਂ ਲੋਕ ਸੁੱਟ ਦਿੰਦੇ ਆ, ਉਹਨਾਂ ਦੀ ਵਰਤੋਂ ਇਸ ਤਰੀਕੇ ਨਾਲ ਹੋਈ ਹੈ, ਉਹਨਾਂ ਦਾ ਇਹ ਕਹਿਣਾ। ਪਰ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਉਹ ਹੈ ਕਿ ਇੰਨੀਆਂ ਖਾਲੀ ਬੋਤਲਾਂ ਕਿਵੇਂ ਆ ਗਈਆਂ ਉਹਨਾਂ ਕੋਲ, ਉਹਨਾਂ 'ਚ ਸ਼ਰਾਬ ਇਸ ਤਰੀਕੇ ਨਾਲ, ਲੇਬਲ ਇਸ ਤਰੀਕੇ ਨਾਲ, ਜਿਹੜਾ ਕੋਡ ਆ ਕੰਪਨੀ ਦਾ ਉਹ ਕਿਵੇਂ ਆ ਗਿਆ, ਢੱਕਣ ਉੱਪਰ ਲੇਬਲ ਕਿਵੇਂ ਆ ਗਿਆ, ਇਹ ਸਵਾਲ ਖੜ੍ਹੇ ਹੁੰਦੇ ਆ। ਪੁਲਿਸ ਵੀ ਬੜੇ ਤਰਕ ਦੇ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਹੈ ਕਿ ਬੰਦਿਆਂ ਕੋਲੋਂ ਆਹ ਸਮਾਨ ਬਰਾਮਦ ਹੋਇਆ, ਪੁਲਿਸ ਨੇ ਆਪਣੀ ਜਾਂਚ ਦੌਰਾਨ ਉਹ ਪਾਇਆ ਗਿਆ। ਪਰ ਇੱਥੇ ਇੱਕ ਸਵਾਲ ਖੜ੍ਹਾ ਹੁੰਦਾ ਕਿ BCL ਇੰਡਸਟਰੀ ਨੂੰ ਇਸ ਜਿਹੜੇ ਜਾਂਚ ਦੇ ਘੇਰੇ 'ਚ ਨਹੀਂ ਲਿਆਉਣਾ ਚਾਹੀਦਾ? ਕੀ BCL ਇੰਡਸਟਰੀ ਤੋਂ ਪੁੱਛਗਿੱਛ ਨਹੀਂ ਕਰਨੀ ਚਾਹੀਦੀ ਕਿ ਤੁਹਾਡੀਆਂ ਇਹ ਬੋਤਲਾਂ, ਬੇਸ਼ੱਕ ਉਹ ਬੇਗੁਨਾਹ ਹੋਣ ਕੋਈ ਗੱਲ ਨਹੀਂ, ਪਰ ਮੌਤਾਂ ਹੋਈਆਂ, 8 ਬੰਦੇ ਮਰੇ ਆ ਪੰਜਾਬ ਦੇ, ਉਹਨਾਂ 'ਚ BCL ਇੰਡਸਟਰੀ ਨੂੰ ਕੀ ਗੱਲ, ਇਸ ਤਰੀਕੇ ਨਾਲ ਛੱਡ ਦੇਣਾ ਚਾਹੀਦਾ? ਹੁਣ ਇਹ ਕਿਉਂ ਛੱਡਿਆ ਜਾ ਰਿਹਾ? ਇਸ 'ਤੇ ਸ਼ੱਕ ਇੱਕ ਹੋਰ ਨਿਕਲ ਕੇ ਆਉਂਦਾ ਹੈ ਕਿ BCL ਇੰਡਸਟਰੀ ਦੇ ਮਾਲਕ ਨੇ ਰਜਿੰਦਰ ਮਿੱਤਲ ਦੇ ਹੋਟਲ ਦੇ ਵਿੱਚ ਅੱਜ ਭਗਵੰਤ ਮਾਨ ਠਹਿਰੇ ਨੇ। ਉਹਨਾਂ ਦਾ ਮਿੱਤਲ ਸਿਟੀ ਮਾਲ ਹੈ ਬਠਿੰਡਾ ਦੇ ਵਿੱਚ, ਉਹਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਠਹਿਰੇ ਸੀ, ਰਾਤ ਆਏ ਸੀ, ਅੱਜ ਦੁਪਹਿਰ ਤੱਕ ਉੱਥੇ ਠਹਿਰੇ ਰਹੇ ਹੈ। ਹੁਣ ਇੱਥੇ ਸਵਾਲ ਇਹ ਖੜ੍ਹਾ ਆਉਂਦਾ ਕਿ ਜਿਹੜੀ ਫੈਕਟਰੀ ਦੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ, ਬੇਸ਼ੱਕ ਉਹ ਜਾਲੀ ਹੈ ਜਾਂ ਸਹੀ ਹੈ, ਇਹ ਤਾਂ ਮਾਮਲਾ ਜਾਂਚ ਦਾ ਹੈ, ਉਸੇ ਫੈਕਟਰੀ ਦੇ ਮਾਲਕ ਦੇ ਹੋਟਲ ਦੇ ਵਿੱਚ ਮੁੱਖ ਮੰਤਰੀ ਦਾ ਠਹਿਰਨਾ ਕੀ ਦਰਸਾਉਂਦਾ,
ਕੀ ਇਹ ਸੰਯੋਗ ਹੈ ਕਿ ਕੋਈ ਐਡੀ ਗੱਲ ਨਹੀਂ, ਮੁੱਖ ਮੰਤਰੀ ਸਾਹਿਬ ਆਏ ਉੱਥੇ ਆਏ ਅਤੇ ਉਹ ਬਹਿ ਗਏ, ਜਾਂ ਉਹਨਾਂ ਦੇ ਜਿਹੜੇ ਅਫਸਰ ਆ ਉਹਨਾਂ ਨੇ ਹੋਟਲ ਬੁੱਕ ਕਰ ਲਿਆ, ਇਹ ਸੰਯੋਗ ਹੈ ਜਾਂ ਕੋਈ ਪਿੱਛੇ ਗੱਲਬਾਤ ਹੈ? ਇਹ ਇੱਕ ਚਰਚਾ ਦਾ ਵਿਸ਼ਾ ਹੈ। ਸੰਯੋਗ ਕਹਿ ਲਈਏ ਤਾਂ ਕਿ ਮੁੱਖ ਮੰਤਰੀ ਸਾਹਿਬ ਦੇ ਸਟਾਫ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ 'ਤੇ ਕੋਈ ਉਂਗਲ ਉੱਠ ਰਹੀ ਹੈ, ਭਾਵੇਂ ਉਹ ਦੋਸ਼ੀ ਹੈ ਨਹੀਂ ਉਹ ਜਾਂਚ ਦਾ ਵਿਸ਼ਾ ਹੈ, ਪਰ ਉਹ 'ਤੇ ਉਂਗਲ ਇੱਕ ਉੱਠ ਰਹੀ ਹੈ ਕਿ ਉਹ ਬੰਦੇ ਦੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ, ਉਹਦੀ ਇਹਦੀਆਂ ਬੋਤਲਾਂ ਬਰਾਮਦ ਹੋਈਆਂ, ਉਸੇ ਬੰਦੇ ਦੇ ਹੋਟਲ 'ਚ ਆ ਕੇ ਤੁਸੀਂ ਠਹਿਰ ਰਹੇ ਹੋ, ਇਹ ਇਹਨੂੰ ਸੰਯੋਗ ਕਹਿ ਲਿਆ ਜਾਵੇ ਤਾਂ ਵੀ ਮੰਨ ਲਿਆ ਜਾ ਸਕਦਾ ਕਿ ਸੰਯੋਗ ਹੈ ਜੀ, ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਰਹਿ ਗਏ। ਪਰ ਅਫਸਰ ਕੀ ਕਰਦੇ ਆ ਕਿ ਅਫਸਰਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਨਹੀਂ ਜੀ ਕਿ ਇਸ ਵਕਤ ਸ਼ੱਕ ਦੇ ਘੇਰੇ ਦੇ ਵਿੱਚ ਨੇ। ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਨਾ ਆਉਣਾ, ਇੱਕ ਬਿਆਨ ਨਾ ਆਉਣਾ, 8 ਮੌਤਾਂ ਕੋਈ ਛੋਟੀਆਂ ਨਹੀਂ ਹੁੰਦੀਆਂ, ਇੱਕ ਵੀ ਮੌਤ ਪੰਜਾਬ 'ਚ ਹੋ ਜਾਵੇ ਮੁੱਖ ਮੰਤਰੀ ਲਈ ਉਹ ਵੱਡੀ ਗੱਲ ਹੁੰਦੀ ਹੈ। ਮੁੱਖ ਮੰਤਰੀ ਕਹਿੰਦੇ ਆ ਕਿ ਪੰਜਾਬ ਦਾ ਇੱਕ ਇੱਕ ਬੰਦਾ ਮੇਰੇ ਲਈ ਖਾਸ ਹੈ, ਮੇਰੇ ਇੱਕ ਇੱਕ ਆਪਦਾ ਹਰਮਨ ਪਿਆਰਾ ਹੈ, ਪੰਜਾਬ ਦਾ ਜੋ ਵੀ ਬਛਿੰਦਾ। ਫਿਰ 8 ਬੰਦਿਆਂ ਦੀ ਮੌਤ ਹੋ ਜਾਣੀ, ਮੁੱਖ ਮੰਤਰੀ ਸਾਹਿਬ ਦਾ ਬਿਆਨ ਨਾ ਆਉਣਾ, ਜਿਹੜੀ ਫੈਕਟਰੀ ਦੀ ਬੋਤਲ ਮਿਲੀ ਹੈ BCL ਜਿਹੜੀ ਹੈ ਕੰਪਨੀ ਆ ਉਹਦੀ, ਉਸੇ ਫੈਕਟਰੀ ਦੇ ਹੋਟਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਠਹਿਰਨਾ, ਇਹ ਸਵਾਲ ਖੜ੍ਹੇ ਕਰਦਾ ਹੈ। ਇਹ ਸਵਾਲ ਇਸ ਲਈ ਖੜ੍ਹੇ ਕਰਦਾ ਹੈ ਕਿ ਕੱਲ੍ਹ ਦੀਆਂ ਇਹ ਚਰਚਾਵਾਂ ਅਤੇ ਮੌਤਾਂ ਚੱਲੀਆਂ, ਬੀਤੀ ਰਾਤ ਹੀ ਮੁੱਖ ਮੰਤਰੀ ਸਾਹਿਬ ਆਉਂਦੇ ਆ, ਸਵੇਰ ਤੱਕ ਉਹਨਾਂ ਦਾ ਸਟੇਅ ਹੁੰਦਾ ਉੱਥੇ, ਉਸੇ ਹੋਟਲ ਦੇ ਵਿੱਚ ਉਸੇ ਫੈਕਟਰੀ ਦੀ ਸ਼ਰਾਬ, ਇਹ ਮਾਮਲਾ ਜਾ ਕਿੱਦਣ ਹੋ ਰਿਹਾ? ਮਾਮਲਾ ਜਾਂਚ ਦਾ ਵਿਸ਼ਾ, ਅਸੀਂ ਨਹੀਂ ਕਹਿੰਦੇ ਕਿ ਫੈਕਟਰੀ ਦੋਸ਼ੀ ਹੈ, ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਰਲੇ ਹੋਏ ਆ, ਪਰ ਜਦੋਂ ਕੋਈ ਘਟਨਾਵਾਂ ਵਾਪਰਦੀਆਂ ਤਾਂ ਚਰਚਾ ਜ਼ਰੂਰੀ ਹੈ, ਤਾਂ ਚਰਚਾ ਇਸ ਮਾਮਲੇ 'ਤੇ ਵੀ ਜ਼ਰੂਰੀ ਹੈ ਕਿਉਂਕਿ ਮੌਤਾਂ 8 ਹੋਈਆਂ ਅਤੇ ਮੌਤਾਂ ਜ਼ਹਿਰੀਲੀ ਸ਼ਰਾਬ ਪੀਣਾ ਹੋਈਆਂ ਅਤੇ ਮੌਤਾਂ ਸਰਕਾਰ ਦੀ ਅਣਗਹਿਲੀ ਨਾਲ ਹੋਈਆਂ ਅਤੇ ਮੌਤਾਂ ਦੀ ਜ਼ਿੰਮੇਵਾਰ ਸਰਕਾਰ ਵੀ ਹੈ, ਕਿਉਂਕਿ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਸ਼ਰਾਬ ਮਾਫੀਆ ਬੰਦ ਕਰ ਦਿੱਤਾ, ਅੱਜ ਪੰਜਾਬ ਦੇ ਵਿੱਚ 8 ਮੌਤਾਂ ਹੋ ਗਈਆਂ, ਉਹੀ ਸਰਕਾਰ ਬੋਲ ਨਹੀਂ ਰਹੀ। ਸੋ ਰਜਿੰਦਰ ਮਿੱਤਲ ਕਾਫੀ ਤਕੜੇ ਬੰਦੇ ਨੇ, ਪਹਿਲਾਂ ਵੀ ਪਰਚਾ ਉਹਨਾਂ 'ਤੇ ਹੋਇਆ, ਚਰਬੀ ਦਾ ਮਾਮਲਾ ਇੱਕ ਬਹੁਤ ਵੱਡਾ ਚਰਬੀ ਦਾ ਕੇਸ ਪੰਜਾਬ 'ਚ ਹੋਇਆ ਸੀ, ਉਹਨਾਂ ਦੇ ਵਿੱਚ ਉਹਨਾਂ 'ਤੇ ਕੇਸ ਹੋਇਆ ਸੀ, ਉਹਨਾਂ ਦੀ ਐਡੀਬਲ ਓਇਲ ਜਿਹੜਾ ਅਸੀਂ ਬਨਸਪਤੀ ਤੇਲ ਜਾਂ ਘਿਓ ਖਾਂਦੇ ਹਾਂ, ਉਹਨਾਂ ਦੀ ਫੈਕਟਰੀ ਆ, ਹੋਮ ਕੁੱਕ ਉਹਨਾਂ ਦਾ ਬ੍ਰਾਂਡ ਹੈ, ਬਠਿੰਡੇ ਦੇ ਕਾਫੀ ਤਕੜੇ ਬੰਦੇ ਨੇ, ਗਣਪਤੀ ਰੀਅਲ ਅਸਟੇਟ ਦੇ ਵਿੱਚ ਕਾਫੀ ਵੱਡਾ ਨਾਂ ਹੈ, ਗਣਪਤੀ ਇਨਕਲੇਵ, ਸੁਸ਼ਾਂਤ ਸਿਟੀ, DD ਮਿੱਤਲ ਟਾਵਰ, ਮਿੱਤਲ ਸਿਟੀ ਮਾਲ, ਸ਼ੀਸ਼ ਮਹਿਲ ਇਨ ਸਕਾਈਲਾਈਨ, ਸ਼ੀਸ਼ ਮਹਿਲ ਸੁਸ਼ਾਂਤ ਸਿਟੀ 2, ਸ਼ੀਸ਼ ਮਹਿਲ ਹਾਈਟਸ, ਸ਼ੀਸ਼ ਮਹਿਲ ਪਲਾਜ਼ਾ, ਇਹ ਉਹਨਾਂ ਦੇ ਜੇ ਕਹਿ ਲਈਏ ਕਿ ਇਹ ਰੀਅਲ ਅਸਟੇਟ ਦੇ ਕੰਮ ਨੇ। ਉਹਨਾਂ ਦਾ ਨਾਲ ਜਿਹੜੀ ਹੈ ਡਿਸਟਿਲਰੀਆਂ ਨੇ, ਜੋ ਸ਼ਰਾਬ ਬਣਾਉਣ ਦੀਆਂ ਵੀ ਉਹਨਾਂ ਦੀਆਂ ਫੈਕਟਰੀਆਂ ਨੇ, ਉਹ ਬਠਿੰਡਾ ਦੇ ਵਿੱਚ ਨੇ। ਉਸ ਤੋਂ ਅੱਗੇ ਆ ਜਾਓ ਐਡੀਬਲ ਓਇਲ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਹੁਣ 3 ਤਰੀਕੇ ਦੇ ਉਹ ਕੰਮ ਕਰਦੇ ਨੇ, ਕਾਫੀ ਵੱਡਾ ਨਾਂ ਹੈ, ਪਰ ਵੱਡੇ ਨਾਂ ਹੋਣ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਵੱਡੇ ਨਾਵਾਂ ਦੀਆਂ ਲਿਹਾਜ਼ਾਂ ਸਾਰੀਆਂ ਸਰਕਾਰਾਂ, ਇਹ ਨਹੀਂ ਕਿ ਭਗਵੰਤ ਮਾਨ ਦੇ ਚਹੇਤੇ ਹੈ, ਉਹ ਸਾਰੀਆਂ ਸਰਕਾਰਾਂ ਦੀ ਚਹੇਤੇ ਹੁੰਦੇ ਜਿਹੜੇ ਵੱਡੇ ਲੋਕ ਹੁੰਦੇ ਆ, ਕਿਉਂਕਿ ਸਰਕਾਰਾਂ ਬਣਾਉਣਾ, ਢਾਉਣਾ, ਸਰਕਾਰਾਂ ਦੀਆਂ ਫੰਡਿੰਗ ਕਰਨੀਆਂ, ਇਹ ਵੱਡੇ ਲੋਕਾਂ ਦੇ ਹਿੱਸੇ ਆਉਂਦਾ। ਮੈਨੂੰ ਨਹੀਂ ਲੱਗਦਾ ਕਿ ਇਹ ਫੰਡਿੰਗ ਕਰਦੇ ਜਾਂ ਨਹੀਂ ਕਰਦੇ, ਮੈਂ ਇਸ ਬਾਰੇ ਨਹੀਂ ਸਪੱਸ਼ਟ, ਪਰ ਇਹ ਨਾਮ ਚਰਚਾ 'ਚ ਆਉਣਾ, ਮੁੱਖ ਮੰਤਰੀ ਦਾ ਉਸੇ ਹੋਟਲ 'ਚ ਰਹਿਣਾ, ਮੁੱਖ ਮੰਤਰੀ ਵੱਲੋਂ ਬਿਆਨ ਨਾ ਆਉਣਾ, ਕਈ ਗੱਲਾਂ ਦੇ ਸ਼ੱਕ ਜ਼ਾਹਰ ਕਰਦਾ। ਹੁਣ ਮੁੱਖ ਮੰਤਰੀ ਸਾਹਿਬ ਇਸ ਗੱਲ 'ਤੇ ਕਦੋਂ ਬੋਲਦੇ ਹੈ, ਕਿਵੇਂ ਬੋਲਦੇ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕੀ BCL ਇੰਡਸਟਰੀ ਨੂੰ ਬਿਨਾਂ ਕਿਸੇ ਜਾਂਚ ਦੇ, ਬਿਨਾਂ ਕਿਸੇ ਪੜਤਾਲ ਦੇ ਆਈ ਬਰੀ ਕਰ ਦੇਣਾ? ਕੀ ਸਿਰਫ ਉਹ 4-5 ਬੰਦੇ ਹੀ ਜ਼ਿੰਮੇਵਾਰ ਆ ਜਿਹੜੇ ਉਹ ਪਿੰਡ ਦੇ ਆ ਜਿਨ੍ਹਾਂ 'ਤੇ ਪਰਚਾ ਦਰਜ ਕੀਤਾ? ਕੀ ਇਹਦੇ ਪਿੱਛੇ ਦਾ ਕੀ ਸਰਗਣਾ ਹੈ, ਕੌਣ ਕਰਵਾਉਂਦਾ ਹੈ, ਕੌਣ ਵਿਕਵਾਉਂਦਾ, ਉੱਥੇ ਤੱਕ ਪਹੁੰਚੋਗੇ? ਕੀ ਜਿਹੜੀ ਉਹ ਸ਼ਰਾਬ ਦੀਆਂ ਬੋਤਲਾਂ ਹੱਥ 'ਚ ਫੜੇ ਲੋਕ ਖੜ੍ਹੇ ਆ, ਉਹ ਇੰਨੀਆਂ ਵੀ ਪੁਰਾਣੀਆਂ ਨਹੀਂ ਕਿ ਪਤਾ ਨਾ ਲੱਗੇ? ਉਹ ਨਵੀਆਂ ਸ਼ਰਾਬ ਵਾਲੀ ਬੋਤਲ ਦਾ ਹਾਲ, ਪਲਾਸਟਿਕ ਦੀ ਬੋਤਲ ਦਾ ਹਾਲ, ਅਕਸਰ ਹੀ ਤੁਸੀਂ ਚਾਹੇ ਕਿਸੇ ਕਬਾੜੀਏ 'ਤੇ ਚਲੇ ਜਾਓ,
ਅਤੇ ਚਾਹੇ ਕਿਸੇ ਹੋਰ ਜਗ੍ਹਾ 'ਤੇ ਚਲੇ ਜਾਓ, ਉਸ ਤੁਹਾਨੂੰ ਪਤਾ ਲੱਗ ਜਾਵੇ ਪੁਰਾਣੀ ਬੋਤਲ ਕਿਹੜੀ ਹੈ ਅਤੇ ਨਵੀਂ ਕਿਹੜੀ ਹੈ। ਬਾਕੀ ਜਿਹੜਾ ਨਿੱਤ ਦਾ ਪੀਣ ਵਾਲਾ ਹੋਵੇ ਉਹ ਪੁਰਾਣੀਆਂ ਬੋਤਲਾਂ ਕਿੰਨੀਆਂ ਖਰੀਦਦਾ ਇਹ ਵੀ ਸਭ ਨੂੰ ਪਤਾ ਹੈ। ਪਰ ਅਸੀਂ ਫਿਰ ਕਹਿੰਦੇ ਹਾਂ ਕਿ ਅਸੀਂ ਨਹੀਂ ਇਹ ਕਹਿੰਦੇ ਕਿ ਦੋਸ਼ੀ ਹੈ, ਪਰ ਇਹਨਾਂ ਦੀ ਜਾਂਚ ਕਿਉਂ ਨਹੀਂ ਹੋ ਰਹੀ? ਮੁੱਖ ਮੰਤਰੀ ਸਾਹਿਬ ਦੇ ਇਹਨਾਂ ਦੇ ਹੋਟਲ 'ਚ ਠਹਿਰਨਾ, ਬਿਆਨ ਨਾ ਆਉਣਾ, ਇਹ ਸਾਰੇ ਮਾਮਲੇ ਕਿਤੇ ਜੁੜਦੇ ਤਾਂ ਨਹੀਂ? ਕਿ ਸੰਯੋਗ ਹੈ ਵੀ ਮੁੱਖ ਮੰਤਰੀ ਸਾਹਿਬ ਆਏ, ਕੋਈ ਇੰਸੀਡੈਂਸ ਹੋ ਗਿਆ ਕਿ ਉਹ ਠਹਿਰੇ, ਪਰ ਉਹਨਾਂ ਦੇ ਸਟਾਫ ਨੂੰ, ਉਹਨਾਂ ਦੇ ਅਫਸਰਾਂ ਨੂੰ ਇੰਨਾ ਤਾਂ ਪਤਾ ਹੀ ਸੀ ਕਿ ਇਹ ਫੈਕਟਰੀ ਇਸ ਵਕਤ ਸ਼ੱਕ ਦੇ ਘੇਰੇ 'ਚ ਹੈ। ਅਸੀਂ ਨਹੀਂ ਕਹਿੰਦੇ ਦੋਸ਼ੀ ਹੈ, ਪਰ ਇਹ ਸ਼ੱਕ ਦੇ ਘੇਰੇ 'ਚ ਹੈ। ਸੋ ਸ਼ੱਕ ਦੇ ਘੇਰੇ 'ਚ ਹੋਣ ਵਾਲੀਆਂ ਚੀਜ਼ਾਂ 'ਚ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦੇ ਹੋਟਲ 'ਚ ਠਹਿਰਨਾ, ਮੁੱਖ ਮੰਤਰੀ ਸਾਹਿਬ 'ਤੇ ਵੀ ਸ਼ੱਕ ਜ਼ਾਹਰ ਹੋ ਰਿਹਾ। ਹੁਣ ਮੁੱਖ ਮੰਤਰੀ ਸਾਹਿਬ ਕੋਈ ਟਵੀਟ ਕਰਕੇ ਜਾਂ ਲੋਕਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਜਾਂ ਕੀ ਜਾਣਕਾਰੀ ਦਿੰਦੇ ਆ, ਉਹ ਆਉਣ ਵਾਲਾ ਸਮਾਂ ਦੱਸੇਗਾ। ਪਰ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਨਾ ਕਰਨਾ ਬੜਾ ਕੁਝ ਕਹਿ ਰਿਹਾ।